ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ। ਜਪੋ ਜੀ ਵਾਹਿਗੁਰੂ, 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 ਵਾਹਿਗੁਰੂ। ਪ੍ਰਭ ਮਿਲਵੇ ਕੋ ਪ੍ਰੀਤ ਮਨ ਲਾਗੀ, ਪ੍ਰਭ ਮਿਲਵੇ ਕੋ ਪ੍ਰੀਤ ਮਨ ਲਾਗੀ, ਪ੍ਰਭ ਮਿਲਵੇ ਕੋ ਪ੍ਰੀਤ ਮਨ ਲਾਗੀ, ਪ੍ਰਭ ਮਿਲਵੇ ਕੋ ਪ੍ਰੀਤ ਮਨ ਲਾਗੀ। ਪ੍ਰਭ ਮਿਲਵੇ ਕੋ ਪ੍ਰੀਤ ਮਨ ਲਾਗੀ, ਪ੍ਰਭ ਮਿਲਵੇ ਕੋ ਪ੍ਰੀਤ ਮਨ ਲਾਗੀ। ਸਗਲ ਤਿਆਗੀ ਮਨ ਕੀ ਮਤ ਮੋਹੇ
ਸਗਲ ਤਿਆਗੀ। ਜੋ ਪ੍ਰਭ ਕੀ ਹਰ ਕਥਾ ਸੁਣਾਵੇ, ਜੋ ਪ੍ਰਭ ਕੀ ਹਰ ਕਥਾ ਸੁਣਾਵੇ, ਜੋ ਪ੍ਰਭ ਕੀ ਹਰ ਕਥਾ ਸੁਣਾਵੇ, ਜੋ ਪ੍ਰਭ ਕੀ ਹਰ ਕਥਾ ਸੁਣਾਵੇ। ਅਨ ਦਿਨ ਫਿਰੋ ਤਿਸ ਪਿੱਛੇ ਬੈਰਾਗੀ, ਅਨ ਦਿਨ ਫਿਰੋ ਤਿਸ ਪਿੱਛੇ ਬੈਰਾਗੀ, ਪ੍ਰਭ ਮਿਲਵੇ ਕੋ ਪ੍ਰੀਤ ਮਨ ਲਾਗੀ, ਪ੍ਰਭ ਮਿਲਵੇ ਕੋ ਪ੍ਰੀਤ ਮਨ ਲਾਗੀ। ਜਪੋ ਜੀ ਵਾਹਿਗੁਰੂ, 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 ਵਾਹਿਗੁਰੂ। ਪ੍ਰਭ ਮਿਲਵੇ ਕੋ ਪ੍ਰੀਤ ਮਨ ਲਾਗੀ, ਪ੍ਰਭ ਮਿਲਵੇ ਕੋ ਪ੍ਰੀਤ ਮਨ ਲਾਗੀ, ਪ੍ਰਭ ਮਿਲਵੇ ਕੋ ਪ੍ਰੀਤ ਮਨ ਲਾਗੀ, ਪ੍ਰਭ ਮਿਲਵੇ ਕੋ ਪ੍ਰੀਤ ਮਨ ਲਾਗੀ। ਵੱਡੇ ਭਾਗਾਂ ਵਾਲੀਆਂ ਗੁਰਮੁਖੋ ਸਾਰੀ ਆਪਾਂ ਜੋ ਦੂਰੋਂ ਨੇੜਿਓਂ ਚੱਲ ਕੇ ਅੱਜ ਦੇ ਪਾਵਨ ਸਮਾਗਮਾਂ ਦੇ ਵਿੱਚ ਹਾਜ਼ਰੀ ਭਰ ਰਹੇ ਹਾਂ, ਜੀਵਨ ਦੀ ਸਿੱਖਿਆ ਨੂੰ ਲੈਣ ਵਾਸਤੇ ਗੁਰਮੁਖੋ ਆਪਾਂ ਸਾਰੇ ਸੰਗਤ ਦੇ ਵਿੱਚ ਜੁੜ ਕੇ ਇਕੱਤਰ ਹੋ ਕੇ ਇੱਕ ਪਰਿਵਾਰ ਦੇ ਰੂਪ ਦੇ ਵਿੱਚ ਬੈਠੇ ਹਾਂ। ਆਓ ਸਾਡਾ ਚੱਲਿਆ ਸਤਿਗੁਰੂ ਲੇਖੇ ਦੇ ਵਿੱਚ ਲਾਉਣ ਕਦਮ ਕਦਮ, ਜੋ ਆਪਾਂ ਸੰਗਤ ਦੇ ਵਿੱਚੋਂ ਗਿਆਨ ਲੈਣ ਵਾਸਤੇ ਇੱਥੇ ਸਾਰੇ ਇਕੱਤਰ ਹੋ ਕੇ ਬੈਠੇ ਹਾਂ। ਸਤਿਗੁਰਾਂ ਨੂੰ ਨਤਮਸਤਕ ਹੋਈਏ,
ਆਪਣੇ ਮਨਾਂ ਬਿਰਤੀਆਂ ਦੀ ਹਾਜ਼ਰੀ ਲਵਾਈਏ। ਸਾਰੀ ਸੰਗਤ ਇੱਕੋ ਆਵਾਜ਼ ਦੇ ਵਿੱਚ ਗੁਰਫਤਿਹ ਪ੍ਰਵਾਨ ਕਰੋ, ਅਸੀਸ ਬਖਸ਼ੋ, ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਇੱਕ ਗੁਰਮੁਖ ਉਭਾਨਾ ਬਣਦਾ। ਜੋ ਮਹਾਂਪੁਰਸ਼ਾਂ ਨੇ ਇਹ ਸ਼ਨੀਵਾਰ ਦੇ ਦਿਹਾੜਿਆਂ ਦਾ ਇਹ ਬਹਾਨਾ ਬਣਾਇਆ, ਇੱਕ ਸਾਨੂੰ ਸਾਰਿਆਂ ਨੂੰ ਇਕੱਤਰ ਕਰਨ ਵਾਸਤੇ ਵੀ ਅਸੀਂ ਸੰਗਤ ਦੇ ਵਿੱਚ ਬਹਿ ਕੇ ਆਪਣੇ ਜੀਵਨ ਦੀ ਸਿੱਖਿਆ ਲੈ ਸਕੀਏ। ਆਪਾਂ ਸਾਰੇ ਚੱਲ ਕੇ ਆਏ ਹਾਂ, ਕਿਉਂ ਇਹ ਹਫ਼ਤੇ ਤੋਂ ਹਫ਼ਤੇ ਬਾਅਦ ਇਹ ਸੰਗਤ ਹੁੰਦੀ ਹੈ, ਸਾਡੇ ਮਨ ਨੂੰ ਇੱਥੇ ਗੁਰਬਾਣੀ ਗੁਰੂ ਦਾ ਗਿਆਨ ਦੇ ਕੇ ਸਮਝਾਇਆ ਜਾਂਦਾ, ਕਿਉਂਕਿ ਗੁਰਮੁਖੋ ਮਹਾਰੇ ਸੱਚੇ ਪਾਤਸ਼ਾਹ ਕਹਿੰਦੇ ਵੀ ਜਿਹੜਾ ਸਾਡਾ ਮਨ ਹੈ ਨਾ, ਇਹ ਸੰਸਾਰ ਦੇ ਉੱਤੇ ਆ ਕੇ ਆਪਣਾ ਅਸਲੀ ਮਨੋਰਥ ਭੁੱਲ ਜਾਂਦਾ ਵੀ ਅਸੀਂ ਇਹ ਸੰਸਾਰ ਦੇ ਉੱਤੇ ਕੀ ਕਰਨ ਵਾਸਤੇ ਆਏ ਹਾਂ, ਕਾਹਦੇ ਵਾਸਤੇ ਆਏ ਹਾਂ। ਸੰਗਤ ਦੇ ਵਿੱਚ ਆ ਕੇ ਸਾਨੂੰ ਇਹ ਸਿੱਖਿਆ ਦਿੱਤੀ ਜਾਂਦੀ ਹੈ, ਸਾਨੂੰ ਸਾਡੇ ਜੀਵਨ ਦਾ ਮਨੋਰਥ ਸਮਝਾਇਆ ਜਾਂਦਾ ਹੈ ਜਿਹੜਾ ਅਸੀਂ ਇਸ ਸੰਸਾਰ ਦੇ ਉੱਤੇ ਆ ਕੇ ਭੁੱਲ ਜਾਂਦੇ ਹਾਂ। ਭੁੱਲ ਤਾਂ ਗੁਰਮੁਖੋ ਆਪਾਂ ਨੂੰ ਭਾਵੇਂ ਸਵੇਰੇ ਸਮਝਾਇਆ ਜਾਵੇ, ਸਾਨੂੰ ਸ਼ਾਮਾਂ ਤੱਕ ਵੀ ਉਹ ਚੀਜ਼ਾਂ ਚੇਤੇ ਨਹੀਂ ਰਹਿੰਦੀਆਂ। ਸੰਗਤ ਦੇ ਵਿੱਚ ਭਾਵੇਂ ਆਪਾਂ ਗਿਆਨ ਲੈ ਕੇ ਜਾਂਦੇ ਹਾਂ, ਹੁਣ ਕਈ ਵਾਰੀ ਕਈ ਜੀਵ ਇਹ ਵੀ ਕਹਿ ਦਿੰਦੇ ਕਿ ਹਫ਼ਤੇ ਬਾਅਦ ਹੀ ਸੰਗਤ ਹੋ ਜਾਂਦੀ ਹੈ, ਹਫ਼ਤੇ ਬਾਅਦ ਹੀ ਉੱਥੇ ਬੁਲਾ ਲਿਆ ਜਾਂਦਾ। ਹਫ਼ਤਾ ਤਾਂ ਬਹੁਤ ਦੂਰ ਦੀ ਗੱਲ ਹੈ ਗੁਰਮੁਖੋ, ਸਵੇਰ ਦਾ ਦਿੱਤਾ ਹੋਇਆ ਗਿਆਨ ਬੰਦਾ ਸ਼ਾਮਾਂ ਨੂੰ ਭੁੱਲ ਜਾਂਦਾ, ਸਾਨੂੰ ਇਹ ਵੀ ਚੇਤਾ ਨਹੀਂ ਰਹਿੰਦਾ। ਫਿਰ ਇੱਕ ਗੱਲ ਹੋਰ ਵੀ ਆਉਂਦੀ ਹੈ, ਅਕਸਰ ਇਹ ਗੱਲ ਸੁਣਦੇ ਹਾਂ ਵੀ ਉੱਥੇ ਇੱਕੋ ਹੀ ਚੀਜ਼ ਸਮਝਾਈ ਜਾਂਦੀ ਵੀ ਪੰਜ ਚੋਰ ਨੇ ਜੀ, ਸੁਣ ਸਾਡਾ ਘਰ ਹੈ ਜੀ, ਨਿੰਦਿਆ ਚੁਗਲੀ ਨਹੀਂ ਕਰਨੀ ਚਾਹੀਦੀ, ਦਵੈਤ ਤੋਂ ਉੱਟੇ ਉੱਠ ਕੇ ਉੱਠਣਾ ਚਾਹੀਦਾ, ਆਹੀ ਗੱਲਾਂ ਨੇ ਜਿਹੜੀਆਂ ਵਾਰ ਵਾਰ ਸਮਝਾਈਆਂ ਜਾਂਦੀਆਂ, ਕੋਈ ਨਵੀਂ ਗੱਲ ਤਾਂ ਸੁਣਨ ਨੂੰ ਮਿਲਦੀ ਨਹੀਂ, ਅਕਸਰ ਸੁਣਦੇ ਹਾਂ। ਪਰ ਗੁਰਮੁਖ ਹੁਣ ਆਪਣੇ ਮਨ ਦੇ ਵਿੱਚ ਝਾਤੀ ਮਾਰ ਕੇ ਵੇਖੀਏ, ਸਮਝਣ ਵਾਲੀ ਗੱਲ ਇਹ ਹੈ ਵੀ ਸਾਡੇ ਵਾਸਤੇ ਨਵਾਂ ਗਿਆਨ ਤਾਂ ਸ਼ੁਰੂ ਹੋਣਾ ਜੇ ਅਸੀਂ ਪਹਿਲਾਂ ਵਾਲੇ 'ਤੇ ਅਮਲ ਕਰਾਂਗੇ। ਜਿੰਨਾ ਚਿਰ ਅਸੀਂ ਪਿਛਲੇ 'ਤੇ ਅਮਲ ਹੀ ਨਹੀਂ ਕਰ ਰਹੇ, ਗਿਆਨ ਲੈ ਕੇ ਅਸੀਂ ਸੰਸਾਰ ਦੇ ਉੱਤੇ ਕੀ ਹਾਸਲ ਕਰ ਲਾਂਗੇ? ਕੁਝ ਵੀ ਨਹੀਂ, ਕਿਉਂਕਿ ਮਹਾਂਪੁਰਸ਼ਾਂ ਨੇ ਗਿਆਨ ਤਾਂ ਆਪਾਂ ਨੂੰ ਇੱਕੋ ਹੀ ਸਮਝਾਇਆ ਨਾ ਸਾਰਿਆਂ ਨੂੰ ਵੀ ਪਰਮੇਸ਼ਰ ਨੇ ਸਾਹ ਦਿੱਤੇ, ਆਉਂਦੇ ਸਾਹ ਨਾਲ ਵਾਹੇ ਅਤੇ ਜਾਂਦੇ ਸਾਹ ਨਾਲ ਗੁਰੂ। ਅਸਲੀ ਗਿਆਨ ਤਾਂ ਇਹ ਹੋਈ ਹੈ, ਗੁਰਮੁਖ ਗਿਆਨ ਇੱਕੋ ਹੈ ਜਾਤਾ ਅੰਧਨ ਨਾਮ ਰਵਿਜੈ। ਹੁਣ ਗੁਰਮੁਖ ਹੁੰਦਾ ਕੀ ਵੀ ਸਵੇਰ ਵਾਲਾ ਲਿੱਤਾ ਹੋਇਆ ਗਿਆਨ ਅਸੀਂ ਸਵੇਰੇ ਕਿਵੇਂ ਭੁੱਲ ਜਾਂਦੇ ਹਾਂ ਸ਼ਾਮਾਂ ਪੈਂਦੀਆਂ ਜਦੋਂ। ਹੁਣ ਗਿਆਨ ਤਾਂ ਸੰਗਤ ਦੇ ਵਿੱਚੋਂ ਆ ਕੇ ਮਿਲ ਗਿਆ ਵੀ ਨਿੰਦਾ ਭਲੀ ਕਿਸੇ ਕੀ ਨਾਹੀਂ, ਮਨਮੁਖ ਮੁਗਧ ਕਰਨ ਮੂੰਹ ਕਾਲੇ ਤੇ ਨਿੰਦਕਾਂ ਨਰਕੇ ਘੋਰ ਪਵਨ। ਪਰ ਛੱਡੀ ਕਿਹਨੇ ਕਿਹਨੇ ਹੈ ਇਹ ਵੀ ਵੇਖੀਏ ਆਪਣੇ ਮਨ ਦੇ ਵਿੱਚ ਵੀ ਪੰਗਤੀ ਤਾਂ ਉਹੀ ਹੈ, ਗਿਆਨ ਤਾਂ ਪਿਛਲੇ ਵਾਰ ਵੀ ਸਮਝਾਇਆ ਸੀ, ਹਫ਼ਤੇ ਬਾਅਦ ਫਿਰ ਸੰਗਤ ਦੇ ਵਿੱਚ ਆ ਕੇ ਬਹਿ ਗਏ ਹੈ, ਪਰ ਵਿਚਾਰ ਕੇ ਵੇਖੀਏ ਵੀ ਕਿਸੇ ਨੇ ਛੱਡੀ ਵੀ ਹੈ, ਅਮਲ ਕੀਤਾ ਉਹ ਪਿੱਛੇ ਉੱਤੇ। ਫਿਰ ਕਹਿੰਦੇ ਨੇ ਜੀ ਗੱਲਾਂ ਪੁਰਾਣੀਆਂ ਹੀ ਨੇ, ਨਵਾਂ ਤਾਂ ਕੁਛ ਸੁਣਨ ਨੂੰ ਮਿਲਿਆ ਨਹੀਂ। ਜਦੋਂ ਪੁਰਾਣਾ ਹੀ ਨਹੀਂ ਗੁਰਮੁਖ, ਅਜੇ ਤੱਕ ਅਮਲ ਕਮਾਇਆ ਜਾ ਰਿਹਾ ਅਤੇ ਅਗਾਂਹ ਵਾਧੂ, ਫਿਰ ਆਪਾਂ ਕਿੱਧਰ ਨੂੰ ਜਾਣਾ? ਹੁਣ ਸੰਗਤ ਇਸੇ ਕਰਕੇ ਹੁੰਦੀ ਕਿ ਸਾਨੂੰ ਸਾਡੇ ਜੀਵਨ ਦੀ ਇੱਥੇ ਸਿੱਖਿਆ ਸਮਝਾਈ ਜਾਂਦੀ ਵੀ ਪਰਮੇਸ਼ਰ ਨੇ ਇਹ ਸੰਸਾਰ ਦੇ ਉੱਤੇ ਗੁਰਮੁਖ ਆ ਖੇਡ ਸਾਜੀ ਹੈ, ਖੇਡ ਸਾਜ ਕੇ ਸਾਨੂੰ ਇਹ ਸੰਸਾਰ ਦੇ ਉੱਤੇ ਭੇਜਿਆ ਅਤੇ ਭੇਜਣ ਤੋਂ ਪਹਿਲਾਂ ਅਕਾਲ ਪੁਰਖ ਨੇ ਸਾਨੂੰ ਕੀ ਸਮਝਾਇਆ, ਅੱਜ ਅਸੀਂ ਉਹ ਇਸ ਸੰਸਾਰ ਦੇ ਉੱਤੇ ਆ ਕੇ ਭੁੱਲ ਗਏ, ਅੱਜ ਉਹ ਸਾਨੂੰ ਚੇਤਾ ਨਹੀਂ ਹੈ। ਹੁਣ ਸਤਿਗੁਰ ਆਪਾਂ ਨੂੰ ਗੁਰਬਾਣੀ ਦੇ ਵਿੱਚ ਗੁਰਮੁਖ ਗਿਆਨ ਦੇ ਕੇ ਸਮਝਾ ਰਹੇ, ਕਹਿੰਦੇ ਮਾਲਕ ਨੇ ਸਾਨੂੰ ਇਸ ਸੰਸਾਰ ਦੇ ਉੱਤੇ ਆਉਣ ਤੋਂ ਪਹਿਲਾਂ ਸਮਝਾਇਆ ਕੀ ਹੈ, ਸਾਨੂੰ ਗਿਆਨ ਕੀ ਦਿੱਤਾ ਹੈ,
ਸਤਿਗੁਰਾਂ ਨੇ ਗੁਰਮੁਖੋ ਇੱਕ ਆ ਖੇਡ ਸਾਜ ਦਿੱਤੀ ਹੈ ਜਿਹਦੇ ਵਿੱਚ ਆਪਾਂ ਸਾਰੇ ਆ ਕੇ ਬਹਿ ਗਏ ਹਾਂ। ਆ ਸੰਸਾਰ ਹੈ ਜਿੰਨਾ, ਇਹ ਇੱਕ ਖੇਡ ਹੈ, ਆਪਾਂ ਸਾਰੇ ਇਹਦੇ ਵਿੱਚ ਖੇਡਣ ਵਾਸਤੇ ਆਏ ਹਾਂ। ਜਿਹੜਾ ਸਾਡਾ ਇਹ ਮਨ ਹੈ ਇਹ ਵੀ ਸੂਖਮ ਪੰਜਾਂ ਤੱਤਾਂ ਦਾ, ਅਤੇ ਆ ਜਿਹੜੀ ਸੰਸਾਰ ਦੀ ਖੇਡ ਹੈ ਭਾਵ ਜਿਹੜਾ ਇਹ ਸਰੀਰ ਹੈ ਇਹ ਵੀ ਪੰਜਾਂ ਤੱਤਾਂ ਦਾ ਬਣਿਆ ਹੋਇਆ। ਮਹਾਰਾਜ ਨੇ ਗੁਰਬਾਣੀ ਦੇ ਵਿੱਚ ਆਪਾਂ ਨੂੰ ਖੋਲ੍ਹ ਕੇ ਸਪਸ਼ਟ ਕਰਕੇ ਸਮਝਾ ਦਿੱਤਾ, ਕਹਿੰਦੇ ਪੰਜ ਤੱਤ ਸੁਣੋ ਪ੍ਰਗਾਸਾ ਦੇ ਸੰਜੋਗੀ ਕਰਮ ਅਭਿਆਸਾ। ਇਹ ਵੀ ਸੁਣ ਦੇ ਵਿੱਚੋਂ ਪੈਦਾ ਹੋਏ ਆ, ਆ ਖੇਡ ਵੀ ਸਾਰੀ ਪਰਮੇਸ਼ੁਰ ਨੇ ਪੈਦਾ ਕੀਤੀ ਹੈ, ਅਤੇ ਆਪਾਂ ਨੂੰ ਇਹ ਸੰਸਾਰ ਦੇ ਉੱਤੇ ਭੇਜਣ ਤੋਂ ਪਹਿਲਾਂ ਮਾਲਕ ਨੇ ਕੁਝ ਨਾ ਕੁਝ ਗਿਆਨ ਦਿੱਤਾ, ਆਪਾਂ ਨੂੰ ਸਮਝਾਇਆ, ਜਿਹਨੂੰ ਟ੍ਰੇਨਿੰਗ ਆਪਾਂ ਕਹਿੰਦੇ ਹਾਂ। ਜਿਵੇਂ ਹੁਣ ਸੰਸਾਰ ਦੇ ਉੱਤੇ ਕਿਸੇ ਨੂੰ ਕਿਸੇ ਖੇਡ ਦੇ ਵਿੱਚ ਭੇਜਣਾ ਹੋਵੇ, ਉਸ ਤੋਂ ਪਹਿਲਾਂ ਕੋਚ ਕੋਲ ਉਹਨੂੰ ਬਿਠਾ ਕੇ ਕੁਝ ਸਮਾਂ ਉਹਨਾਂ ਕੋਲ ਰੱਖ ਕੇ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ। ਸਾਨੂੰ ਵੀ ਟ੍ਰੇਨਿੰਗ ਦੇ ਕੇ ਸਮਝਾਇਆ, ਪਰ ਅਸੀਂ ਉਹ ਟ੍ਰੇਨਿੰਗ ਭੁੱਲ ਗਏ ਹਾਂ। ਉਹ ਟ੍ਰੇਨਿੰਗ ਕੀ ਹੈ ਗੁਰਮੁਖੋ? ਵੀ ਦੁਨੀਆ ਇੱਕ ਖੇਡ ਹੈ, ਇਸ ਖੇਡ ਨੂੰ ਸਮਝਣਾ ਅਤੇ ਖੇਡ ਨੂੰ ਸਮਝ ਕੇ ਆਪਾਂ ਸਾਰਿਆਂ ਨੇ ਖੇਡਣਾ। ਸਾਡੇ ਇਸੇ ਸਰੀਰ ਦੇ ਅੰਦਰ ਉਸ ਮਾਲਕ ਨਿਰੰਕਾਰ ਨੇ ਇੱਕ ਘਰ ਬਣਾ ਕੇ ਦਿੱਤਾ, ਜਿਹਨੂੰ ਆਪਾਂ ਗੁਰਬਾਣੀ ਦੇ ਵਿੱਚ ਥਿਰ ਘਰ ਪੜ੍ਹਦੇ ਹਾਂ, ਜਿਹਨੂੰ ਗੁਰਬਾਣੀ ਦੇ ਵਿੱਚ ਆਪਾਂ ਨਿੱਜ ਮਹਿਲ ਪੜ੍ਹਦੇ ਹਾਂ। ਹੁਣ ਗੁਰਮੁਖੋ ਇਹਦੇ ਵਿੱਚ ਸਾਡੇ ਵਾਸਤੇ ਬੜੀਆਂ ਸਹੂਲਤਾਂ ਨੇ, ਬੜੇ ਸੁੱਖ ਨੇ ਸਾਡੇ ਵਾਸਤੇ ਇਸ ਮਹਿਲ ਦੇ ਵਿੱਚ ਜਿਹੜਾ ਸਾਡੇ ਵਾਸਤੇ ਬਣਾ ਕੇ ਭੇਜਿਆ। ਗੁਰਬਾਣੀ ਦੇ ਵਿੱਚ ਪੜ੍ਹਦੇ ਨਾ, ਥਿਰ ਘਰ ਬੈਸੋ ਹਰਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੀ। ਸਵਾਰ ਦਾ ਕਿਵੇਂ ਕਾਰਜੋ? ਜਦੋਂ ਅਸੀਂ ਇੱਥੇ ਜਾ ਵੜਦੇ ਇਸ ਘਰ ਦੇ ਵਿੱਚ ਗੁਰਮੁਖੋ ਕਿਹੜੀਆਂ ਕਿਹੜੀਆਂ ਸਹੂਲਤਾਂ ਨੇ? ਮਹਾਂਪੁਰਸ਼ਾਂ ਨੇ ਜਿਹੜੀਆਂ 20 ਪੋਥੀਆਂ ਲਿਖੀਆਂ ਨੇ ਨਾ, ਉਹਨਾਂ ਦੇ ਵਿੱਚ ਬੜਾ ਖੋਲ੍ਹ ਖੋਲ੍ਹ ਕੇ ਸਮਝਾਇਆ। ਅੱਜ ਗੁਰਮੁਖੋ ਕੁੱਲ ਦੁਨੀਆ ਸੁੱਖ ਦੀ ਭਾਲ ਦੇ ਵਿੱਚ ਆ ਵੀ ਸਾਨੂੰ ਸੁੱਖ ਮਿਲ ਜਾਵੇ, ਅਸੀਂ ਸ਼ਾਂਤ ਹੋ ਜਾਈਏ, ਸਾਨੂੰ ਕੋਈ ਦੁੱਖ ਨਾ ਲੱਗੇ। ਸੁੱਖ ਵਾਸਤੇ ਬੜੇ ਯਤਨ ਵੀ ਕਰ ਰਹੇ ਸਾਰੇ, ਪਰ ਅਸਲੀ ਸੁੱਖ ਕਾਹਦੇ ਵਿੱਚ ਹੈ? ਗੁਰਬਾਣੀ ਦੇ ਵਿੱਚ ਮਹਾਂਪੁਰਸ਼ ਦੱਸਦੇ ਆ ਵੀ ਅਸਲੀ ਸੁੱਖ ਹੈ ਜਿਹੜਾ ਗੁਰਮੁਖ, ਉਹ ਨਾਮ ਦੇ ਵਿੱਚ, ਪਰਮੇਸ਼ਰ ਦੀ ਬੰਦਗੀ ਦੇ ਵਿੱਚ ਹੈ। ਅਤੇ ਜਿਹੜਾ ਨਿੱਜ ਮਹਿਲ ਦੇ ਵਿੱਚ ਨਾਮ ਹੈ ਸਾਡੇ ਵਾਸਤੇ, ਉੱਥੇ ਕਿੱਡਾ ਵੱਡਾ ਸੁੱਖ ਹੈ। ਗੁਰਬਾਣੀ ਦੇ ਵਿੱਚ ਮਹਾਰੇ ਕਹਿੰਦੇ ਕੁੱਲ ਦੁਨੀਆ ਦਾ ਰਾਜ ਭਾਗ ਵੀ ਕਿਸੇ ਨੂੰ ਪ੍ਰਾਪਤ ਹੋ ਜਾਵੇ ਓਨਾ ਸੁੱਖ ਨਹੀਂ ਹੈ। ਇੱਕ ਦੇਸ਼ ਦੀ ਗੱਲ ਨਹੀਂ ਸਤਿਗੁਰੂ ਕਰ ਰਹੇ, ਕੁੱਲ ਕਾਇਨਾਤ ਦੀ ਗੱਲ ਕਰਕੇ ਦੱਸ ਰਹੇ ਹੈ। ਕੁੱਲ ਕਾਇਨਾਤ ਦਾ ਰਾਜ ਭਾਗ ਪ੍ਰਾਪਤ ਹੋਣ ਤੋਂ ਬਾਅਦ ਵੀ ਇੰਨਾ ਸੁੱਖ ਨਹੀਂ ਮਿਲ ਸਕਦਾ ਜਿੰਨਾ ਉਹ ਘਰ ਦੇ ਵਿੱਚ ਸੁੱਖ ਹੈ, ਜਿੰਨਾ ਉਸ ਘਰ ਦੀ ਬੰਦਗੀ ਦੇ ਵਿੱਚ ਸੁੱਖ ਹੈ ਜਿਹੜਾ ਸਾਡੇ ਸਰੀਰ ਦੇ ਅੰਦਰ ਹੀ ਪਰਮੇਸ਼ੁਰ ਨੇ ਬਣਾਇਆ। ਸਤਿਗੁਰੂ ਗੁਰਬਾਣੀ ਦੇ ਵਿੱਚ ਆਪਾਂ ਨੂੰ ਸਮਝਾਉਂਦੇ ਹੈ, ਕਹਿੰਦੇ ਜੋ ਸੁੱਖ ਪ੍ਰਭ ਗੋਬਿੰਦ ਕੀ ਸੇਵਾ ਸੋ ਸੁੱਖ ਰਾਜ ਨਾ ਲਈਏ। ਰਾਜ ਭਾਗ ਹੋਣ ਤੋਂ ਬਾਅਦ ਵੀ ਉਹ ਪ੍ਰਾਪਤ ਨਹੀਂ ਹੁੰਦਾ। ਕਿਹੜਾ ਕਿਹੜਾ ਸੁੱਖ ਹੈ? ਹੁਣ ਗੁਰਮੁਖ ਇੱਥੇ ਸਤਿਗੁਰ ਆਪਾਂ ਨੂੰ ਗੁਰਬਾਣੀ ਦੇ ਵਿੱਚ ਸਮਝਾ ਰਹੇ ਹੈ, ਕਹਿੰਦੇ ਇੱਥੇ ਸਾਡੇ ਵਾਸਤੇ, ਸਾਡੇ ਮਨ ਵਾਸਤੇ ਇੱਕ ਰੁੱਖ ਲਾਇਆ ਹੋਇਆ ਜਿਹਨੂੰ ਗੁਰਬਾਣੀ ਦੇ ਵਿੱਚ ਸੁਰਤਰ ਰੁੱਖ ਦਾ ਨਾਮ ਦਿੱਤਾ, ਦਰਖਤ। ਹੁਣ ਦਰਖਤ ਦੇ ਵਿੱਚੋਂ ਵੇਖੋ ਗੁਰਮੁਖੋ ਕਿੰਨਾ ਕੁਝ ਪ੍ਰਾਪਤ ਹੁੰਦਾ ਹੈ, ਲੱਕੜਾਂ ਵੀ ਪ੍ਰਾਪਤ ਹੁੰਦੀਆਂ, ਫਲ ਵੀ ਪ੍ਰਾਪਤ ਹੁੰਦਾ, ਛਾਂ ਵੀ ਪ੍ਰਾਪਤ ਹੁੰਦੀ ਹੈ। ਇਸੇ ਮਹਿਲ ਦੇ ਵਿੱਚ ਇਹ ਰੁੱਖ ਲੱਗਾ ਹੋਇਆ ਜਿੱਥੋਂ ਸਾਰੀਆਂ ਚੀਜ਼ਾਂ ਸਾਨੂੰ ਪ੍ਰਾਪਤ ਹੁੰਦੀਆਂ, ਜਿੰਨੇ ਫਲ ਹੈ ਜਿਹੜੇ, ਇਹ ਜਿਹੜਾ ਸਾਡਾ ਮਨ ਲੋਚਦਾ ਹੈ, ਭਾਲ ਦੇ ਵਿੱਚ ਹੈ ਅਸੀਂ, ਇਹ ਸਾਰੇ ਸਾਨੂੰ ਇਸ ਘਰ ਦੇ ਵਿੱਚੋਂ ਪ੍ਰਾਪਤ ਹੁੰਦੇ ਹੈ। ਕਾਮ ਧੇਨ, ਜਿੰਨੀਆਂ ਲੋੜਾਂ ਨੇ ਸਾਡੀਆਂ, ਜਿੰਨੀਆਂ ਸਾਡੀਆਂ ਆਸ਼ਾਵਾਂ ਨੇ, ਜਿਹੜੀਆਂ ਮਨ ਲੋਚਦਾ ਹੈ, ਉਹ ਗੁਰਮੁਖੋ ਸਾਨੂੰ ਇਸ ਘਰ ਦੇ ਵਿੱਚੋਂ ਪ੍ਰਾਪਤ ਹੁੰਦੀਆਂ ਨੇ, ਜਿਹਨੂੰ ਗੁਰਬਾਣੀ ਦੇ ਵਿੱਚ ਮਹਾਰਾਜ ਨੇ ਨਿੱਜ ਮਹਿਲ ਕਹਿ ਦਿੱਤਾ।
ਹੁਣ ਇੱਥੇ ਇਹ ਵੀ ਨਹੀਂ ਵੀ ਕੇਵਲ ਅਸੀਂ ਇੱਥੇ ਵਸ ਜਾਣਾ। ਅੱਜ ਗੁਰਮੁਖ ਵੇਖੋ ਕਿੰਨਾ ਕਿੰਨਾ ਲੋਕ ਖਰਚਾ ਕਰਕੇ ਆ ਧਨ ਨੂੰ ਖਰਚ ਕਰਕੇ ਸੰਸਾਰ ਦੀ ਸੈਰ ਕਰਦੇ ਆ, ਟੂਰਿਸਟ ਵੀਜ਼ਾ ਜਿਹਨੂੰ ਕਹਿ ਦਿੰਦੇ। ਕਿੰਨਾ ਕਿੰਨੀ ਮਾਇਆ ਲੱਗ ਜਾਂਦੀ ਹੈ। ਸਤਿਗੁਰਾਂ ਨੇ ਇਸੇ ਘਰ ਦੇ ਵਿੱਚ ਪ੍ਰਬੰਧ ਕੀਤਾ ਹੋਇਆ ਆ ਨੌ ਖੰਡਾਂ ਬ੍ਰਹਮੰਡਾਂ ਦੀ ਸੈਰ ਕਰਨ ਦਾ, ਇਸੇ ਘਰ ਦੇ ਵਿੱਚ ਇਹ ਸੁੱਖ ਹੈ। ਕਹਿਣ ਤੋਂ ਭਾਵ ਗੁਰਮੁਖ ਬੜੇ ਵਿਸਥਾਰ ਦੇ ਵਿੱਚ ਜੇਕਰ ਇਸ ਵਿਸ਼ੇ ਨੂੰ ਆਪਾਂ ਪੜ੍ਹਾਂਗੇ, ਕੁੱਲ ਕਾਇਨਾਤ ਦੇ ਲੋਕ ਪਰਲੋਕ ਦੇ ਸੁੱਖ ਪਰਮੇਸ਼ਰ ਨੇ ਸਾਡੇ ਇਸ ਘਰ ਦੇ ਵਿੱਚ ਸਾਨੂੰ ਬਖਸ਼ਿਸ਼ ਕੀਤੇ ਆ। ਮਹਾਰੇ ਗੁਰਬਾਣੀ ਦੇ ਵਿੱਚ ਸਪਸ਼ਟ ਕਰਕੇ ਦੱਸਦੇ, ਕਹਿੰਦੇ ਸੁੱਖ ਸਾਗਰ ਸੁਰਤਰ ਚਿੰਤਾਮਨ ਕਾਮ ਧੇਨ ਬਸ ਜਾਂਕੈ। ਕਹਿੰਦੇ ਚਾਰ ਪਦਾਰਥ ਦਸਟ ਅਸਾ ਸਿੱਧ ਨਵ ਨਿਧ ਕਰ ਘਰ ਤਾਂ ਕਿ ਸਾਰਾ ਕੁਛ ਹੀ ਪਰਮੇਸ਼ਰ ਨੇ ਘਰ ਦੇ ਵਿੱਚ ਰੱਖਿਆ ਹੋਇਆ। ਆਪਣੀ ਤਲੀ 'ਤੇ ਕੱਢ ਕੇ ਬੈਠਾ ਉਹ ਹਰ ਇੱਕ ਚੀਜ਼। ਹੁਣ ਆਪਾਂ ਰੋਜ਼ ਪੜ੍ਹਦੇ ਹਾਂ ਨਾ ਮਹਾਰੇ, ਕਹਿੰਦੇ ਸਰਬ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ। ਪਰਮੇਸ਼ਰ ਤਾਂ ਗੁਰਮੁਖ ਉਹ ਤਲੀ ਦੇ ਉੱਤੇ ਧਰ ਕੇ ਬੈਠਾ, ਪਰ ਹੁਣ ਗੱਲ ਇਹ ਵੀ ਜਦੋਂ ਇਸ ਘਰ ਦੇ ਵਿੱਚ ਜਾਵਾਂਗੇ ਸੁੱਖ ਤਾਂ ਫਿਰ ਹੀ ਮਿਲਣ। ਜਿੰਨਾ ਚਿਰ ਅਸੀਂ ਇਸ ਘਰ ਦੇ ਵਿੱਚ ਗਏ ਨਹੀਂ ਉਹਨਾਂ ਚਿਰ ਗੁਰਮੁਖ ਅਸੀਂ ਸੁੱਖ ਨਹੀਂ ਲੈ ਸਕਦੇ। ਹੋਰ ਮਹਾਰੇ ਗੁਰਬਾਣੀ ਦੇ ਵਿੱਚ ਆਪਾਂ ਨੂੰ ਗਿਆਨ ਦੇ ਕੇ ਸਮਝਾ ਰਹੇ ਹੈ, ਕਹਿੰਦੇ ਇਹ ਸੰਸਾਰ ਦੇ ਉੱਤੇ ਗੁਰਮੁਖ ਪਰਮੇਸ਼ਰ ਨੇ ਸਾਨੂੰ ਭੇਜਿਆ ਸਾਹਾਂ ਦਾ ਧਨ ਦੇ ਕੇ। ਹੁਣ ਆ ਸਾਹ ਦਿੱਤੇ ਹੈ, ਸਾਹਾਂ ਦਾ ਸਾਡੇ ਕੋਲ ਧਨ ਹੈ, ਅਤੇ ਇਹਨਾਂ ਸਾਹਾਂ ਦੇ ਰਹਿੰਦਿਆਂ ਰਹਿੰਦਿਆਂ ਅਸੀਂ ਉਸ ਮਾਲਕ ਨਿਰੰਕਾਰ ਦੀ ਪ੍ਰਾਪਤੀ ਕਰਨੀ ਹੈ, ਅਸੀਂ ਉਹਦੀ ਖੋਜ ਕਰਨੀ ਹੈ, ਅਸੀਂ ਉਹਨੂੰ ਲੱਭਣਾ ਹੈ। ਇਹ ਸਮਾਂ ਹੈ ਸਾਡੇ ਕੋਲ, ਅਤੇ ਜਦੋਂ ਇਹ ਸਾਹਾਂ ਦਾ ਧਨ ਗੁਰਮੁਖੋਂ ਮੁੱਕ ਗਿਆ ਖਤਮ ਹੋ ਗਿਆ, ਫਿਰ ਪਾਤਸ਼ਾਹ ਕਹਿੰਦੇ ਇਸ ਸੰਸਾਰ ਦੇ ਉੱਤੇ ਸਾਡੀ ਕੋਈ ਵੀ ਕਦਰ ਨਹੀਂ ਪੈਣੀ, ਕਿਸੇ ਨੇ ਸਾਡੀ ਬਾਤ ਨਹੀਂ ਪੁੱਛਣੀ, ਨਾ ਇੱਥੇ ਅਤੇ ਨਾ ਅੱਗੇ ਪਾਤਸ਼ਾਹ ਕਹਿੰਦੇ ਕਿਸੇ ਨੇ ਸਾਡੀ ਬਾਂਹ ਫੜਨੀ। ਇਸੇ ਕਰਕੇ ਸਾਹਾਂ ਦੇ ਧਨ ਦੇ ਰਹਿੰਦਿਆਂ ਰਹਿੰਦਿਆਂ ਅਸੀਂ ਉਸ ਪਰਮੇਸ਼ਰ ਦੇ ਨਾਲ ਮਿਲਾਪ ਕਰਨਾ, ਉਹਦਾ ਗਿਆਨ ਲੈਣਾ, ਉਹਦੇ ਵਿੱਚ ਸਮਾਉਣਾ, ਬੰਦਗੀ ਕਰਕੇ ਸੰਗਤ ਦੇ ਵਿੱਚ ਆ ਕੇ ਗਿਆਨ ਲੈ ਕੇ ਉਸ ਘਰ ਦਾ ਭੇਤ ਲੈਣਾ ਅਤੇ ਉਹਦੇ ਵਿੱਚ ਵਸਣਾ। ਆਹ ਪਰਮੇਸ਼ਰ ਨੇ ਸਾਨੂੰ ਜਿਹੜੀ ਖੇਡ ਹੈ ਇਹ ਸੰਸਾਰ ਦੇ ਗੁਰਮੁਖੋਂ ਸਾਨੂੰ ਸਮਝਾ ਕੇ ਭੇਜਿਆ ਆ। ਪਰ ਹੁਣ ਹੁੰਦਾ ਕੀ, ਆਪਾਂ ਇਸ ਸੰਸਾਰ ਦੇ ਉੱਤੇ ਆ ਕੇ ਗੁਰਮੁਖ ਭੁੱਲ ਜਾਂਦੇ ਹਾਂ। ਸਤਿਗੁਰਾਂ ਨੇ ਆਪਾਂ ਨੂੰ ਕੁੱਲ ਕੁੱਲ ਚੀਜ਼ ਦਾ ਗਿਆਨ ਇਹ ਸਰੀਰ ਦੇ ਵਿੱਚ ਰਹਿੰਦਿਆਂ ਹੋਇਆਂ ਇੱਥੇ ਭੇਜ ਦਿੱਤਾ ਅਤੇ ਮਨ ਬੱਚੇ ਨੂੰ ਸਮਝਾ ਵੀ ਦਿੱਤਾ। ਉਹ ਸਵਾਲ ਜਵਾਬ ਵੀ ਗੁਰਬਾਣੀ ਦੇ ਵਿੱਚ ਦਰਜ ਹੈ ਜਿਹੜੇ ਇੱਥੇ ਹੋਏ ਹੈ। ਹੁਣ ਇਹ ਸਮਝਾਇਆ ਗਿਆ ਸਾਡੇ ਮਨ ਨੂੰ ਵੀ ਤੁਸੀਂ ਸੰਸਾਰ ਦੇ ਉੱਤੇ ਆ ਕੇ ਵਿਚਰਨਾ ਕਿਵੇਂ ਹੈ। ਮਨ ਗੁਰਮੁਖ ਅਕਾਲ ਪੁਰਖ ਸੱਚੇ ਪਾਤਸ਼ਾਹ ਜੀ ਨੂੰ ਸਵਾਲ ਕਰਕੇ ਆਖਦਾ ਹੈ ਵੀ ਤੁਸੀਂ ਸਾਰੀ ਖੇਡ ਸਮਝਾ ਤਾਂ ਦਿੱਤੀ ਹੈ, ਪਰ ਜੇ ਉਹ ਸੰਸਾਰ ਦੇ ਉੱਤੇ ਤੁਸੀਂ ਆਪ ਹੀ ਦੱਸਿਆ ਵੀ ਉੱਥੇ ਮਾਇਆ ਦਾ ਜਾਲ ਹੈ, ਪੰਜ ਚੋਰ ਰਹਿੰਦੇ ਹੈ, ਮਹਾਂਬਲੀ ਹੈ, ਸ਼ਬਦ ਦੇ ਘੇਰੇ ਦੇ ਵਿੱਚ ਤੁਸੀਂ ਰਹਿਣਾ ਹੈ, ਰੱਖਿਆ ਚੱਕਰ ਬਣਾ ਕੇ ਰੱਖਣਾ ਹੈ, ਅਤੇ ਜੇ ਸਾਨੂੰ ਉਹਨਾਂ ਨੇ ਭੁਲਾ ਦਿੱਤਾ ਤਾਂ ਅਸੀਂ ਤੁਹਾਨੂੰ ਯਾਦ ਕਿਵੇਂ ਕਰਾਂਗੇ। ਅਤੇ ਗੁਰਮੁਖੋ ਅਕਾਲ ਪੁਰਖ ਸੱਚੇ ਪਾਤਸ਼ਾਹ ਜੀ ਦੇ ਬਚਨ ਸਨ ਵੀ ਇਹ ਜਿਹੜਾ ਸਰੀਰ ਦਿੱਤਾ ਮਸਤਕ ਦੇ ਉੱਤੇ ਇਹ ਬਚਨ ਲਿਖ ਕੇ ਦੇ ਦਿਆਂ ਕਿ ਹਰ ਇੱਕ ਜੀਵ ਇਸ ਸੰਸਾਰ ਦੇ ਉੱਤੇ ਕੀ ਕਰਨ ਵਾਸਤੇ ਆਇਆ, ਉਹ ਕਿਹੜੇ ਬਚਨ ਸਾਡੇ ਮੱਥੇ ਦੇ ਉੱਤੇ ਵਾਹੇ ਹੋਏ ਹੈ। ਹਰ ਇੱਕ ਦੇ ਮੱਥੇ ਦੇ ਉੱਤੇ ਗੁਰਮੁਖੋ ਇਹ ਗਿਆਨ ਸਤਿਗੁਰਾਂ ਨੇ ਲਿਖ ਕੇ ਭੇਜਿਆ ਹੈ, ਸੱਚ ਨਾਮ ਕਰਤਾ ਪੁਰਖ ਇਹ ਰਤਨਾ ਖਾਣੀ, ਮਸਤਕ ਹੋਵੇ ਲਿਖਿਆ ਹਰ ਸਿਮਰ ਪ੍ਰਾਣੀ, ਤੋਸਾ ਦੀਚੈ ਸੱਚ ਨਾਮ ਨਾਨਕ ਮਹਿਮਾਣੀ। ਬੰਦਾ ਇਸ ਸੰਸਾਰ ਦੇ ਉੱਤੇ ਗੁਰਮੁਖ ਮਹਿਮਾਨ ਬਣ ਕੇ ਪ੍ਰਾਹੁਣਾ ਬਣ ਕੇ ਇਸ ਸੰਸਾਰ ਦੇ ਉੱਤੇ ਆਇਆ, ਪਰ ਅੱਜ ਕੋਈ ਮੰਨਦਾ ਇਸ ਚੀਜ਼ ਨੂੰ ਵੀ ਅਸੀਂ ਇਸ ਸੰਸਾਰ ਦੇ ਉੱਤੇ ਮਹਿਮਾਨ? ਅਸੀਂ ਗੁਰਮੁਖ ਇਸ ਸੰਸਾਰ ਦੇ ਉੱਤੇ ਆ ਕੇ ਉਹ ਗਿਆਨ ਨੂੰ ਭੁੱਲ ਗਏ, ਅਸੀਂ ਤਾਂ ਹੱਕ ਜਮਾ ਲਿਆ ਇੱਥੇ ਆ ਕੇ। ਫਿਰ ਸਵਾਲ ਹੋਇਆ ਵੀ ਜੇਕਰ ਅਗਿਆਨਤਾ ਦੇ ਵੱਸ ਹੋ ਕੇ ਪੜ੍ਹਿਆ ਵੀ ਨਾ ਗਿਆ ਤਾਂ ਫਿਰ ਕਿਵੇਂ ਯਾਦ ਰੱਖਾਂਗੇ।
ਤੇ ਫਿਰ ਗੁਰਮੁਖੋ ਦੱਸਿਆ ਗਿਆ ਕਹਿੰਦੇ ਜਿਹੜੀਆਂ ਇਹੋ ਜਿਹੀਆਂ ਰੂਹਾਂ ਫਿਰ ਅਸੀਂ ਇਸ ਸੰਸਾਰ ਦੇ ਉੱਤੇ ਪਰਮੇਸ਼ਰ ਕਹਿੰਦਾ ਭੇਜ ਦੇਵਾਂਗੇ, ਜਿਹੜੀਆਂ ਕੇਵਲ ਤੇ ਕੇਵਲ ਤੁਹਾਨੂੰ ਇਸ ਸੰਸਾਰ ਦੇ ਉੱਤੇ ਗਿਆਨ ਦੇਣ ਵਾਸਤੇ ਆਉਣਗੀਆਂ। ਜਦੋਂ ਤੁਸੀਂ ਉਹਨਾਂ ਦਾ ਸੰਗ ਕਰੋਗੇ ਫਿਰ ਤੁਹਾਨੂੰ ਉਹ ਸਮਝਾਉਣਗੇ ਵੀ ਤੁਹਾਡਾ ਜੀਵਨ ਦਾ ਮਨੋਰਥ ਕੀ ਹੈ। ਅਤੇ ਪਾਤਸ਼ਾਹ ਗੁਰਬਾਣੀ ਦੇ ਵਿੱਚ ਆਪਾਂ ਨੂੰ ਮੋਹਰ ਲਾ ਕੇ ਸਮਝਾ ਰਹੇ ਆ, ਕਹਿੰਦੇ ਮਨਸਾ ਧਾਰ ਜੋ ਘਰ 'ਤੇ ਆਵੇ, ਸਾਧ ਸੰਗ ਜਨਮ ਮਰਨ ਮਿਟਾਵੇ, ਆਸ ਮਨੋਰਥ ਪੂਰਨ ਹੋਵੇ, ਭੇਟਤ ਗੁਰ ਦਰਸਾਇਆ ਜੀਓ। ਫਿਰ ਗੁਰਮੁਖੋ ਸਾਨੂੰ ਉਹ ਸਾਰਾ ਗਿਆਨ ਸਾਰੀ ਸੋਝੀ ਦੇ ਕੇ ਸਮਝਾਉਂਦੇ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੁਰਮੁਖੋ ਇਸ ਸੰਸਾਰ ਦੇ ਉੱਤੇ ਜਿਹੜੇ ਆ ਪੰਜ ਚੋਰ ਜਿਨ੍ਹਾਂ ਦੀ ਆਪਾਂ ਵਾਰ ਵਾਰ ਆਹ ਸੰਸਥਾ ਦੇ ਪਾਸੋਂ ਗੱਲ ਸਰਵਣ ਕਰਦੇ ਹਾਂ, ਇਹ ਹੁਣ ਸਾਰਿਆਂ ਜੀਵਾਂ ਨੂੰ ਗੁਰਮੁਖੋ ਵੱਸ ਦੇ ਵਿੱਚ ਕਰਕੇ ਭੁਲਾ ਦਿੰਦੇ ਹੈ, ਪਰ ਜਿਹੜੇ ਜੀਵ ਗੁਰਮੁਖੋ ਗੁਰੂ ਦੀ ਸ਼ਰਨ ਦੇ ਵਿੱਚ ਆ ਕੇ ਖੇਡਣਾ ਸਿੱਖ ਜਾਂਦੇ ਆ ਇਸ ਖੇਡ ਨੂੰ, ਮਹਾਰਾਜ ਕਹਿੰਦੇ ਗੁਰਮੁਖੋ ਕੁੱਲ ਕਾਇਨਾਤ ਦਾ ਲੇਖਾ ਲੈਂਦੇ ਆ, ਪਰ ਇਹਨਾਂ ਦੇ ਇਹ ਪਾਣੀ ਆਰ ਹੋ ਜਾਂਦੇ ਆ, ਇਹਨਾਂ ਦਾ ਪਾਣੀ ਭਰਦੇ ਆ ਰੱਬੀ ਰੂਹਾਂ ਦਾ, ਜਿਹੜੀਆਂ ਫਿਰ ਗੁਰੂ ਦੀ ਮੱਤ ਦੇ ਉੱਤੇ ਚੱਲਣਾ ਸ਼ੁਰੂ ਕਰ ਦਿੰਦੀਆਂ ਨੇ। ਮਹਾਰਾਜ ਨੇ ਐਵੇਂ ਨਹੀਂ ਗੁਰਬਾਣੀ ਦੇ ਵਿੱਚ ਕਹਿ ਦਿੱਤਾ, ਸਗਲ ਸ੍ਰਿਸ਼ਟ ਕੇ ਪੰਚ ਸਿਕਦਾਰ ਰਾਮ ਭਗਤ ਕੇ ਪਾਣੀ ਹਾਰ, ਉਹਨਾਂ ਦਾ ਗੁਰਮੁਖੋ ਪਾਣੀ ਭਰਦੇ ਹੈ। ਸਤਿਗੁਰਾਂ ਨੇ ਗੁਰਬਾਣੀ ਦੇ ਵਿੱਚ ਜਿਹੜੀ ਜਿਹੜੀ ਸਾਡੇ ਮਨ ਨੂੰ ਗੁਰਮੁਖੋ ਸਿੱਖਿਆ ਦੇ ਕੇ ਇਹ ਸੰਸਾਰ ਦੇ ਉੱਤੇ ਭੇਜਿਆ, ਜਿਹੜਾ ਜਿਹੜਾ ਗਿਆਨ ਦੇ ਕੇ ਸਤਿਗੁਰਾਂ ਨੇ ਸਾਨੂੰ ਇਸ ਸੰਸਾਰ ਦੇ ਉੱਤੇ ਭੇਜਿਆ ਵੀ ਸਭ ਕੁਝ ਪੁੱਤ ਤੇਰੇ ਇਸ ਸਰੀਰ ਦੇ ਵਿੱਚ ਹੀ ਹੈ, ਅੰਮ੍ਰਿਤ ਰਸ ਤੇਰੇ ਸਰੀਰ ਦੇ ਵਿੱਚ ਹੈ, ਤੇਰਾ ਘਰ ਇਹ ਸਰੀਰ ਦੇ ਵਿੱਚ, ਸੁੱਖ ਸਹੂਲਤਾਂ ਤੇਰੇ ਇਸ ਸਰੀਰ ਦੇ ਵਿੱਚ ਹੈ, ਪੰਜਾਂ ਦਾ ਘੇਰਾ ਇਹ ਸੰਸਾਰ ਦੇ ਵਿੱਚ ਹੈ, ਅਤੇ ਨਾਮ ਦਾ ਦਾਇਰਾ ਰੱਖ ਕੇ ਤੂੰ ਇਸ ਸੰਸਾਰ ਦੇ ਵਿੱਚ ਵਿਚਰਨਾ ਹੈ, ਅਤੇ ਮੈਨੂੰ ਤੂੰ ਜਾ ਕੇ ਇਸ ਸੰਸਾਰ ਦੇ ਉੱਤੇ ਹਮੇਸ਼ਾ ਯਾਦ ਰੱਖਣਾ। ਕਿਉਂ ਯਾਦ ਰੱਖਣਾ? ਕਿਉਂਕਿ ਪੁੱਤ ਤੇਰੀ ਮੈਂ ਉੱਥੇ ਰੱਖਿਆ ਕੀਤੀ ਹੈ ਜਿੱਥੇ ਤੇਰੇ ਨਾਲ ਕੋਈ ਵੀ ਸਹਾਈ ਨਹੀਂ ਸੀ, ਜਿੱਥੇ ਤੇਰੇ ਨਾਲ ਕੋਈ ਨਿਭ ਨਹੀਂ ਸਕਦਾ ਸੀ, ਉਸ ਮਾਤਾ ਦੇ ਗਰਭ ਦੇ ਵਿੱਚ ਮੈਂ ਤੇਰੀ ਰੱਖਿਆ ਕੀਤੀ। ਆਪਾਂ ਰੋਜ਼ ਗੁਰਬਾਣੀ ਦੇ ਵਿੱਚ ਪੜ੍ਹਦੇ ਹਾਂ ਕਿ ਸੋ ਕਿਉਂ ਮਨੋ ਵਿਸਾਰੀਐ ਏਵੜ ਦਾਤਾ, ਜੇ ਅਗਨ ਮੈਂ ਆਹਾਰ ਪਹੁੰਚਾਵੇ, ਉਸ ਨੂੰ ਕਿਹੋ ਪੋਹੇ ਨਾ ਸਕੀ, ਜਿਸ ਨੂੰ ਆਪਣੀ ਲਿਵ ਲਾਵੇ, ਆਪਣੀ ਲਿਵ ਆਪੇ ਲਾਏ। ਕਹਿੰਦੇ ਉਹ ਪਰਮੇਸ਼ੁਰ ਹੈ ਜਿਹੜਾ ਆਪਣੀ ਲਿਵ ਆਪ ਲਾ ਕੇ ਆਪਣੇ ਬੱਚਿਆਂ ਨੂੰ ਜਿੰਦਾ ਰੱਖਦਾ। ਜਿਹੜਾ ਗਿਆਨ ਗੁਰਮੁਖੋ ਸਤਿਗੁਰਾਂ ਨੇ ਸਾਨੂੰ ਇਸ ਸੰਸਾਰ ਦੇ ਉੱਤੇ ਦੇ ਕੇ ਭੇਜਿਆ ਅਤੇ ਜੋ ਅਸੀਂ ਇੱਥੇ ਆ ਕੇ ਭੁੱਲ ਗਏ ਹਾਂ, ਉਹ ਗਿਆਨ ਗੁਰਮੁਖ ਹੁਣ ਕਵਿਤਾ ਦੀ ਵਣਗੀ ਦੇ ਰਾਹੀਂ ਗੁਰਮੁਖ ਆਪ ਜੀ ਨੂੰ ਕਹਿਣ ਲੱਗੇ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕੁੱਲ ਕਾਇਨਾਤ ਦਾ ਗਿਆਨ ਲੋਕ ਪ੍ਰਲੋਕ ਦਾ ਤੈਨੂੰ ਦੇ ਦਿੱਤਾ, ਅਤੇ ਹੁਣ ਇਹ ਸੰਸਾਰ ਦੇ ਉੱਤੇ ਜਾ, ਅਤੇ ਮੈਂ ਤੈਨੂੰ ਵੇਖਣਾ ਚਾਹੁੰਦਾ ਵੀ ਪੁੱਤ ਜਿਹੜਾ ਗਿਆਨ ਤੂੰ ਇਸ ਘਰ ਦੇ ਵਿੱਚੋਂ ਮੇਰੇ ਕੋਲੋਂ ਲੈ ਕੇ ਗਿਆ ਹੈ, ਇਹ ਗਿਆਨ ਨੂੰ ਹੁਣ ਇਸ ਸੰਸਾਰ ਦੇ ਉੱਤੇ ਜਾ ਕੇ ਤੂੰ ਕਿੰਨਾ ਕੁ ਚੇਤੇ ਰੱਖਦਾ। ਮੈਂ ਵੇਖਣਾ ਚਾਹੁੰਦਾ ਵੀ ਤੇਰੇ ਉੱਤੇ ਪਰਚਾ ਪਾਇਆ, ਤੂੰ ਹਾਰਦਾ ਕਿ ਜਿੱਤਦਾ। ਸਤਿਗੁਰੂ ਜੀ ਕਹਿੰਦੇ ਇਸੇ ਘਰ ਦੇ ਵਿੱਚ ਮੈਂ ਬੈਠਾ ਅਤੇ ਇਸੇ ਘਰ ਦੇ ਵਿੱਚ ਤੂੰ ਹੈ, ਤੂੰ ਜਾ ਸੰਸਾਰ ਦੇ ਵਿੱਚ, ਅਤੇ ਪਾਤਸ਼ਾਹ ਕਹਿੰਦੇ ਮੈਂ ਵੇਖਦਾ ਵੀ ਤੂੰ ਆਪਣੀ ਇਹ ਵਾਰੀ ਨੂੰ ਜਿੱਤਦਾ ਕਿ ਹਾਰਦਾ, ਇਹੀ ਤੇਰੇ ਕੋਲ ਇੱਕ ਮੌਕਾ ਹੈ, ਇਹ ਤੇਰੀ ਅਵਸਰ, ਇਹ ਤੇਰੀ ਵਾਰ, ਘੱਟ ਪਿੱਤਰ ਤੂੰ ਦੇਖ ਵਿਚਾਰ, ਕਹਿਤ ਕਬੀਰ ਜੀਤ ਕਹਿ ਹਾਰ, ਬਹੁ ਵਿਧ ਕਹਿਓ ਪੁਕਾਰ ਪੁਕਾਰ। ਗੁਰਮੁਖੋ ਜਿਵੇਂ ਫਿਰ ਸਤਿਗੁਰ ਸੱਚੇ ਪਾਤਸ਼ਾਹ ਇਹ ਕੁੱਲ ਕਾਇਨਾਤ ਦਾ ਲੋਕ ਪ੍ਰਲੋਕ ਦਾ ਗਿਆਨ ਦੇ ਕੇ ਸਾਡੇ ਮਨ ਨੂੰ ਇਹ ਸੰਸਾਰ ਦੇ ਉੱਤੇ ਭੇਜ ਕੇ ਕੀ ਸਮਝਾਉਣ ਲੱਗੇ, ਆਓ ਉਸ ਵੇਲੇ ਦਾ ਹਾਲ ਢਾਡੀ ਜੱਥਾ ਇਹ ਮਨ ਦੀ ਟ੍ਰੇਨਿੰਗ ਆਪ ਜੀ ਦੇ ਸਨਮੁਖ ਕਿਉਂ ਕਹਿ ਰਹੇ।
ਨਾਨਕ ਸਨਮੁਖ ਬੋਲਿਆ ਕਰ ਕੋਠੜੀ ਜਿੱਥੇ ਚੱਲਦੀ ਅਮ
ਸਾਧ ਸ਼ਬਦ ਸੁਹਾਵਣੇ ਆਪਾਂ ਸਾਰਿਆਂ ਨੇ ਇਹ ਆਪਣੇ ਮਨ ਦੇ ਅੰਦਰ ਝਾਤੀ ਮਾਰ ਕੇ ਵੇਖਣਾ ਵੀ ਜਿਹੜਾ ਪਰਮੇਸ਼ੁਰ ਨੇ ਨਿਰੰਕਾਰ ਨੇ ਸਾਨੂੰ ਇਹ ਗਿਆਨ ਦੇ ਕੇ ਇਹ ਸੰਸਾਰ ਦੇ ਉੱਤੇ ਭੇਜਿਆ ਅੱਜ ਸਾਨੂੰ ਉਹ ਕਿੰਨਾ ਕੁ ਚੇਤੇ ਹੈ। ਅੱਜ ਵਾਕਈ ਅਸੀਂ ਜਿੱਤ ਵਾਲੇ ਪਾਸੇ ਜਾ ਰਹੇ ਹਾਂ ਕਿ ਹਾਰ ਵਾਲੇ ਪਾਸੇ ਜਾ ਰਹੇ ਹਾਂ। ਪਰਮੇਸ਼ੁਰ ਅੰਦਰ ਬਹਿ ਕੇ ਇਹ ਖੇਡ ਸਾਜ ਕੇ ਸਾਨੂੰ ਖੜਾ ਕੇ ਅਤੇ ਆਪ ਦੇਖ ਰਿਹਾ ਵੀ ਅੱਜ ਬੱਚਾ ਕਿੱਧਰਲੇ ਪਾਸੇ ਜਾ ਰਿਹਾ ਅਤੇ ਖੇਡ ਵੀ ਕਿੰਨੀ ਪਿਆਰੀ ਹੈ। ਗੁਰਮੁਖੋ, ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਇੱਕ ਸ਼ਬਦ ਲਿਖ ਕੇ ਕਹਿੰਦੇ ਹੈ ਵੀ ਇਹੋ ਜਿਹਾ ਗੁਰੂ ਨਹੀਂ ਵੇਖਿਆ, ਕਹਿੰਦੇ ਸੰਸਾਰ ਦੇ ਉੱਤੇ ਉਹ ਅਕਾਲ ਪੁਰਖ ਵਰਗਾ ਜਿਹੜਾ ਆਪ ਹੀ ਖੇਡ ਸਾਜੇ, ਆਪ ਹੀ ਆਪਣੇ ਬੱਚਿਆਂ ਦੇ ਉੱਤੇ ਪਰਚਾ ਪਾਵੇ ਅਤੇ ਪਰਚਾ ਪਾ ਕੇ ਨਕਲ ਵੀ ਆਪ ਹੀ ਮਰਵਾਵੇ, ਬਾਅਦ ਦੇ ਵਿੱਚ ਵੀ ਤੂੰ ਆ ਪੇਪਰ 'ਚੋਂ ਪਾਸ ਹੋ ਜਾ, ਲੰਘ ਜਾ। ਕੋਈ ਇਹੋ ਜਿਹਾ ਸਕੂਲ ਦੇਖਿਆ ਜੀ ਆਪ ਜੀ ਨੇ ਕਿਤੇ ਵੀ ਜਿੱਥੇ ਪਰਚਾ ਵੀ ਪਾਇਆ ਜਾਂਦਾ ਹੋਵੇ, ਪੇਪਰ ਪਾ ਕੇ ਅਤੇ ਜਦੋਂ ਪੇਪਰ ਪੈਣ ਵਾਲਾ ਹੋਵੇ ਤਾਂ ਉਦੋਂ ਗੁਰੂ ਆਪ ਨਕਲ ਵੀ ਮਰਵਾਵੇ, ਉੱਥੇ ਨਹੀਂ ਮਿਲਦਾ ਕੋਈ ਸਕੂਲ ਇਹੋ ਜਿਹਾ। ਹੁਣ ਵੇਖੋ ਇੱਥੇ ਗੁਰਮੁਖੋ ਆ ਸਾਰੀ ਖੇਡ ਆਪਾਂ ਨੂੰ ਸਮਝਾ ਕੇ ਭੇਜਿਆ, ਇੱਥੇ ਪਰਚਾ ਪਾਇਆ ਪਰਮੇਸ਼ੁਰ ਨੇ ਇੱਕ ਸੰਸਾਰ ਦੇ ਉੱਤੇ ਜਿਹੜਾ ਭੇਜਿਆ ਆਪਾਂ ਨੂੰ, ਅਤੇ ਪਰਚਾ ਪਵਾ ਕੇ ਵੇਖੋ ਸਾਰਾ ਗਿਆਨ ਗੁਰਮੁਖੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਦੇ ਵਿੱਚ ਦੱਸ ਦਿੱਤਾ ਆਪਾਂ।
ਵੀ ਆਹ ਪਰਚਾ ਪਿਆ ਅਤੇ ਇਹਦੀ ਸੰਗ ਕਰਕੇ ਤੁਸੀਂ ਨਿਕਲ ਸਕਦੇ ਹੈ। ਹੋਰ ਕਿੱਡਾ ਵੱਡਾ ਪਰਉਪਕਾਰ ਕਰ ਦਿੱਤਾ, ਸਾਡੇ ਤੋਂ ਨਕਲ ਵੀ ਨਹੀਂ ਮਾਰੀ ਜਾ ਰਹੀ। ਅਤੇ ਗੁਰਮੁਖੋ, ਉਹ ਮਰਵਾਉਣ ਵਾਸਤੇ ਵੀ ਆਪਾਂ ਨੂੰ ਵੇਖੋ ਇਹੋ ਜਿਹੇ ਸਾਧੂਆਂ ਦਾ ਸੰਗ ਕਰਵਾ ਦਿੱਤਾ। ਪਰਉਪਕਾਰ ਕਿੱਡਾ ਵੱਡਾ, ਪਰ ਗੁਰਮੁਖੋ ਸਤਿਗੁਰੂ ਪਾਵਨ ਗੁਰਬਾਣੀ ਦੇ ਵਿੱਚ ਆਪਾਂ ਨੂੰ ਸਮਝਾਉਂਦੇ, ਕਹਿੰਦੇ ਐਸੋ ਪਰਚੋ ਪਾਇਓ ਕਰੀ ਕਿਰਪਾ ਦਿਆਲ ਬੀਠਲੇ ਸਤਿਗੁਰ ਮੁਜੈ ਬਿਤਾਇਓ। ਹੁਣ ਅਸੀਂ ਨਕਲ ਮਾਰ ਕੇ ਵੀ ਹਾਰਦੇ ਜਾ ਰਹੇ ਹਾਂ। ਕਿਵੇਂ ਹਾਰਦੇ ਜਾ ਰਹੇ ਹਾਂ? ਵੀ ਸਾਡੇ ਕੋਲੋਂ ਨਕਲ ਵੀ ਨਹੀਂ ਵੱਜ ਰਹੀ, ਐਡਾ ਇੱਥੇ ਆ ਕੇ ਜਿਹੜਾ ਮਨ ਆ ਉਹ ਨਿਕੰਮਾ ਹੋ ਗਿਆ। ਕਿਵੇਂ ਨਹੀਂ ਨਕਲ ਵੱਜ ਰਹੀ? ਸਮਝਾਇਆ ਤਾਂ ਸਾਰਿਆਂ ਨੂੰ ਜਾ ਰਿਹਾ ਨਾ, ਵੀ ਇਹ ਸੰਸਾਰ ਦੇ ਉੱਤੇ ਸਾਨੂੰ ਵੀ ਸਮਝਾ ਕੇ ਭੇਜਿਆ ਵੀ ਭਾਈ ਕਲਯੁੱਗ ਦੇ ਵਿੱਚ ਜਿਹੜੇ ਹੈ ਇਹ ਧੜੇ ਬਣੇ ਹੋਏ ਆ, ਇਹੀ ਲੜਾਉਂਦੇ ਆ ਇੱਕ ਦੂਸਰੇ ਨੂੰ ਸੰਸਾਰ ਦੇ ਉੱਤੇ ਜਾ ਕੇ, ਅਤੇ ਤੁਸੀਂ ਇਹਨਾਂ ਧੜਿਆਂ ਦੇ ਵਿੱਚ ਇਹਨਾਂ ਦੇ ਪਿੱਛੇ ਲੱਗ ਕੇ ਆ, ਪਰਚਾ ਤੁਹਾਡੇ ਉੱਤੇ, ਪਰ ਤੁਸੀਂ ਇਹਨਾਂ ਦੇ ਮਗਰ ਲੱਗ ਕੇ ਲੜਾਈ ਨਹੀਂ ਕਰਨੀ, ਕਿਉਂਕਿ ਸਾਰੇ ਰੱਬ ਦਾ ਰੂਪ ਨੇ। ਮਹਾਂਪੁਰਸ਼ ਵਾਰ ਵਾਰ ਆਪਾਂ ਨੂੰ ਉਹ ਗੱਲ ਸਮਝਾ ਰਹੇ ਆ। ਉਹਨੇ ਪਰਚਾ ਪਾਇਆ, ਇੱਥੇ ਸਮਝਾ ਵੀ ਦਿੱਤਾ ਵੀ ਇਹਦਾ ਉੱਤਰ ਕੀ ਹੈ, ਪਰ ਬਾਹਰ ਵੇਖਦੇ ਜਦੋਂ ਜਾ ਕੇ ਕੋਈ ਉਹ ਇਹ ਕਹਿ ਦਿੰਦਾ, ਅਸੀਂ ਫਿਰ ਉਹਦੇ ਗਲ ਪੈ ਜਾਂਦੇ ਹਾਂ ਜਾ ਕੇ ਵੀ ਮੈਨੂੰ ਐਂ ਕਹਿ ਕਿਵੇਂ ਦਿੱਤਾ। ਕਹਿਣ ਤੋਂ ਭਾਵ ਅਸੀਂ ਨਕਲ ਮਾਰ ਕੇ ਵੀ ਅਸੀਂ ਹਾਰੀ ਜਾਂਦੇ ਹਾਂ, ਸਾਡੇ ਕੋਲੋਂ ਨਕਲ ਵੀ ਨਹੀਂ ਵੱਜ ਰਹੀ। ਪਰ ਗੁਰਮੁਖੋ, ਇਹ ਸਤਿਗੁਰਾਂ ਦਾ ਬਹੁਤ ਵੱਡਾ ਪਰਉਪਕਾਰ ਹੈ। ਬਾਹਰ ਦੇ ਸਕੂਲ ਤਾਂ ਆਪਾਂ ਦੇਖ ਲੈਂਦੇ ਹਾਂ, ਉੱਥੇ ਗੁਰਮੁਖੋ ਚਤੁਰਾਈ ਚੱਲ ਜਾਂਦੀ ਹੈ, ਪਰ ਇਸ ਸਕੂਲ ਦੇ ਵਿੱਚ ਚਤੁਰਾਈ ਨਹੀਂ ਚੱਲਦੀ। ਹੁਣ ਬਾਹਰ ਦੇ ਸਕੂਲ ਆਪਾਂ ਦੇਖਦੇ ਹਾਂ, ਉੱਥੇ ਸਵਾਲ ਪੁੱਛਿਆ ਜਾਵੇ ਕਿਸੇ ਨੂੰ ਵੀ ਦੋ ਅਤੇ ਦੋ ਕਿੰਨੇ ਹੁੰਦੇ, ਕਿਸੇ ਨੂੰ ਪਤਾ ਨਾ ਹੋਵੇ, ਨਾਲ ਲਾਗੇ ਤੋਂ ਨਕਲ ਮਾਰ ਕੇ ਕਹਿ ਦੇ ਵੀ ਚਾਰ ਹੈ, ਤਾਂ ਟੀਚਰ ਪਾਸ ਕਰ ਦਿੰਦੇ, ਹਾਂ ਵੀ ਪਾਸ ਹੈ, ਇਹਨੇ ਜਵਾਬ ਸਹੀ ਦਿੱਤਾ। ਪਰ ਇੱਥੇ ਗੁਰਮੁਖੋ ਜਿਹੜਾ ਸਤਿਗੁਰ ਦਾ ਸਕੂਲ ਹੈ ਨਾ, ਇੱਥੇ ਕੇਵਲ ਹਮ ਹੀ ਭਰਿਆ ਨਹੀਂ ਕੰਮ ਚੱਲਣਾ, ਇੱਥੇ ਕੇਵਲ ਗਿਆਨ ਨਹੀਂ ਕੰਮ ਆਉਣਾ। ਜੇ ਇੱਥੇ ਕਹਿ ਦਿੱਤਾ ਵੀ ਸੰਸਾਰ ਦੇ ਉੱਤੇ ਆ ਕੇ ਨਿੰਦਿਆ ਨਹੀਂ ਕਰਨੀ, ਲੜਾਈ ਨਹੀਂ ਕਰਨੀ, ਚੁਗਲੀ ਨਹੀਂ ਕਰਨੀ, ਅਸੀਂ ਕਹਿ ਦਿੱਤਾ ਵੀ ਹਾਂ ਨਹੀਂ ਕਰਨੀ, ਹਾਂ ਕਹਿਣ ਦੇ ਨਾਲ ਅਸੀਂ ਪਾਸ ਨਹੀਂ ਹੋਵਾਂਗੇ। ਇੱਥੇ ਗੁਰਮੁਖੋ ਭਾਵੇਂ ਅਸੀਂ ਦੂਸਰਿਆਂ ਤੋਂ ਸੁਣ ਵੀ ਲਿਆ, ਨਕਲ ਵੀ ਮਾਰ ਲਈ, ਅਸੀਂ ਕਹਿ ਦਿੱਤਾ ਵੀ ਹਾਂ ਇਸ ਸਵਾਲ ਦਾ ਜਵਾਬ ਇਹ ਹੈ ਵੀ ਹਾਂ ਨਿੰਦਿਆ ਚੁਗਲੀ ਕਰਨੀ ਨਹੀਂ ਚਾਹੀਦੀ, ਪਰ ਜਿੰਨਾ ਚਿਰ ਗੁਰਮੁਖੋ ਇੱਥੇ ਛੱਡਦੇ ਨਹੀਂ ਨਾ ਆਪਾਂ ਆ ਕੇ, ਉਹਨਾਂ ਚਿਰ ਨਹੀਂ ਅਸੀਂ ਪਾਸ ਹੋਣਾ, ਕਹਿਣ ਨਾਲ ਨਹੀਂ ਇੱਥੇ ਕੁਝ ਹੋਣਾ। ਤਾਂ ਕਰਕੇ ਮਹਾਰੇ ਕਹਿੰਦੇ ਆ ਵੀ ਇਸ ਸਕੂਲ ਦੇ ਵਿੱਚ ਤਾਂ ਪੜ੍ਹਿਆ ਅਤੇ ਅਨਪੜ੍ਹਿਆ, ਜਿੰਨਾ ਚਿਰ ਅਮਲ ਨਹੀਂ ਆਪਾਂ ਕਮਾਉਂਦੇ, ਉਹਨਾਂ ਚਿਰ ਗੱਲ ਨਹੀਂ ਬਣਨੀ ਸੰਸਾਰ ਦਾ, ਭਾਵੇਂ ਜਿੰਨਾ ਮਰਜ਼ੀ ਗਿਆਨ ਅਸੀਂ ਇਕੱਠਾ ਕਰ ਲਈਏ। ਤਾਂ ਕਰਕੇ ਸਤਿਗੁਰ ਆਪਾਂ ਨੂੰ ਗੁਰਬਾਣੀ ਦੇ ਵਿੱਚ ਸਮਝਾਉਂਦੇ, ਕਹਿੰਦੇ ਜੋ ਪ੍ਰਾਣੀ ਗੋਬਿੰਦ ਧਿਆਵੈ ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੈ ਪਾਤਸ਼ਾਹ, ਕਹਿੰਦੇ ਉਹ ਇੱਥੇ ਪਾਸ ਹੁੰਦਾ ਜਿਹੜਾ ਗੁਰਮੁਖੋਂ ਅਮਲ ਕਮਾਉਂਦਾ। ਸੋ ਗੁਰਮੁਖੋਂ ਇਹ ਗਿਆਨ ਉਸ ਅਕਾਲ ਪੁਰਖ ਨੇ ਸਾਨੂੰ ਇਸ ਸੰਸਾਰ ਦੇ ਉੱਤੇ ਦੇ ਕੇ ਭੇਜਿਆ, ਤਾਂ ਕਰਕੇ ਮਹਾਂਪੁਰਸ਼ਾਂ ਨੇ ਸਤ ਸੰਗਤ ਦਾ ਬਹਾਨਾ ਬਣਾਇਆ ਹਰ ਹਫ਼ਤਾਵਾਦੀ ਗਿਆਨ ਆਪਾਂ ਨੂੰ ਲੈਣ ਵਾਸਤੇ, ਜੀਵਨ ਦੀ ਸਿੱਖਿਆ ਲੈਣ ਵਾਸਤੇ, ਕਿਉਂਕਿ ਅਸੀਂ ਸਮਝ ਸਕੀਏ ਵੀ ਅਸੀਂ ਇਹ ਸੰਸਾਰ ਦੇ ਉੱਤੇ ਅਕਾਲ ਪੁਰਖ ਨੂੰ ਮਿਲਣ ਵਾਸਤੇ ਆਏ ਹਾਂ, ਅਤੇ ਉਹਦੇ ਦੋ ਹੀ ਰੂਪ ਨੇ, ਸਰਗੁਣ ਅਤੇ ਨਿਰਗੁਣ। ਨਿਰਗੁਣ ਨੂੰ ਗੁਰਮੁਖੋਂ ਤਾਂ ਮਿਲਿਆ ਜਾਣਾ ਜੇਕਰ ਅਸੀਂ ਸਰਗੁਣ ਦੇ ਨਾਲ ਪਿਆਰ ਕਰਾਂਗੇ। ਬਸ ਫਰਕ ਇੱਥੇ ਆ ਕਿ ਪੈ ਜਾਂਦਾ, ਮਿਲਣਾ ਸਾਰੇ ਚਾਹੁੰਦੇ ਹਾਂ, ਪਰ ਸਰਗੁਣ ਦੇ ਨਾਲ ਸਾਡੀ ਜਿਹੜਾ ਉਹ ਵੈਰ ਵਿੱਢਿਆ ਜਾਂਦਾ ਸਾਡਾ, ਅਸੀਂ ਇੱਥੇ ਲੜਾਈਆਂ ਸ਼ੁਰੂ ਕਰ ਦਿੰਦੇ ਹਾਂ, ਨਿੰਦਿਆ ਚੁਗਲੀ ਸ਼ੁਰੂ ਕਰ ਦਿੰਦੇ ਹਾਂ, ਇਸੇ ਕਰਕੇ ਗੁਰਮੁਖੋਂ ਸਾਡਾ ਮਿਲਾਪ ਨਹੀਂ ਹੋ ਰਿਹਾ। ਮਹਾਰੇ ਸੱਚੇ ਪਾਤਸ਼ਾਹ ਕਹਿੰਦੇ ਇਹੀ ਸਾਨੂੰ ਜਿਹੜਾ ਛੱਡਣਾ ਪੈਣਾ। ਸੋ ਇਹੀ ਗਿਆਨ ਗੁਰਮੁਖੋਂ ਮਹਾਂਪੁਰਸ਼ਾਂ ਨੇ ਆਪਾਂ ਨੂੰ ਬਖਸ਼ਿਸ਼ ਕੀਤਾ। ਇਹ ਖੇਡ ਹੈ, ਜਿਹੜਾ ਗੁਰਮੁਖੋਂ ਗੁਰੂ ਦੀ ਮੱਤ ਲੈ ਕੇ ਖੇਲੇਗਾ ਉਹ ਜਿੱਤ ਜਾਏਗਾ, ਅਤੇ ਜਿਹੜਾ ਗੁਰੂ ਦੀ ਮੱਤ ਲੈ ਕੇ ਆਪਣੀ ਮਰਜ਼ੀ ਦੁਆਰਾ ਖੇਲੇਗਾ ਉਹ ਇਸ ਖੇਲ ਨੂੰ ਹਾਰ ਜਾਏਗਾ। ਸਤਿਗੁਰਾਂ ਨੇ ਗੁਰਬਾਣੀ ਦੇ ਵਿੱਚ ਆਪਾਂ ਨੂੰ ਸਪਸ਼ਟ ਕਰਕੇ ਕਹਿ ਦਿੱਤਾ, ਕਹਿੰਦੇ ਹਰ ਆਪੇ ਖੇਲੈ ਆਪੇ ਦੇਖੈ, ਹਰ ਆਪੇ ਰਚਨ ਰਚਾਇਆ ਜਨ ਨਾਨਕ ਗੁਰਮੁਖ, ਜੋ ਨਰ ਖੇਲੈ ਸੋ ਜਿਣ ਬਾਜੀ ਘਰ ਆਇਆ। ਜਿਹੜਾ ਗੁਰੂ ਦੀ ਮੱਤ ਨਾਲ ਖੇਡੇਗਾ ਗੁਰਮੁਖ ਉਹ ਜਿੱਤ ਜਾਏਗਾ। ਸੋ ਸਾਰਿਆਂ ਨੇ ਗੁਰਮੁਖ ਆਪਾਂ ਕੋਸ਼ਿਸ਼ ਕਰਨੀ ਹੈ ਕਿ ਗੁਰੂ ਦੀ ਮੱਤ ਲੈ ਕੇ ਇਸ ਖੇਡ ਨੂੰ ਖੇਡੀਏ, ਅਤੇ ਜਿਹੜਾ ਮਨੋਰਥ ਆਪਾਂ ਇਸ ਸੰਸਾਰ ਦੇ ਉੱਤੇ ਲੈ ਕੇ ਆਏ ਹਾਂ, ਭਈ ਪ੍ਰਾਪਤ ਮਾਨੁੱਖ ਦੇ ਹੋਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਇਹ ਮਿਲਣ ਦੀ ਜਿਹੜੀ ਵਾਰੀ ਹੈ ਇਹਨੂੰ ਆਪਾਂ ਪੂਰਾ ਕਰ ਸਕੀਏ। ਸੋ ਗੁਰਮੁਖ ਇਹ ਸਾਰਿਆਂ ਨੇ ਕੋਸ਼ਿਸ਼ ਕਰਨੀ,
ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਢਾਡੀ ਵਾਰਾਂ ਗਾਉਂਦਿਆਂ ਵਿਚਾਰ ਕਰਦਿਆਂ ਇੱਕ ਨਹੀਂ ਅਨੇਕਾਂ ਹੀ ਭੁੱਲਾਂ ਗਲਤੀਆਂ ਹੋ ਗਈਆਂ ਨੇ। ਆਪ ਰੱਬ ਰੂਪ ਸੰਗਤ ਧੰਨ ਧੰਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਣ ਯੋਗੋ ਬਖਸ਼ ਲੈਣਾ ਜੀ, ਬਹੁਤ ਬਹੁਤ ਧੰਨਵਾਦ। ਆਪ ਸਮੁੱਚੀਆਂ ਸੰਗਤਾਂ ਦਾ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ ਹੈ ਗੁਰਮੁਖੋ ਉਹਨਾਂ ਟੀਚਰ ਸਾਹਿਬਾਨਾਂ ਦਾ, ਸਤਿਕਾਰਯੋਗ ਮਹਾਂਪੁਰਸ਼ ਸਾਡੇ ਉਸਤਾਦ ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ ਜੀ, ਅਤੇ ਉਹਨਾਂ ਵੱਲੋਂ ਵਰਸਾਏ ਹੋਏ ਗੁਰਮੁਖ ਪਿਆਰੇ ਉਹਨਾਂ ਦਾ ਹੀ ਰੂਪ ਭਾਈ ਸਾਹਿਬ ਭਾਈ ਦਲਵੀਰ ਸਿੰਘ ਜੀ ਧਰਮਾਲਾ ਜੀਆਂ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਗੁਰਮੁਖੋ ਇਹ ਸਾਰਾ ਗਿਆਨ ਬੜਾ ਸੌਖਾ ਕਰਕੇ ਆਪਾਂ ਨੂੰ ਸਮਝਾ ਦਿੱਤਾ। ਕਿਉਂਕਿ ਆਪਾਂ ਤਾਂ ਗੁਰਮੁਖੋ ਨਿੱਤ ਭੁੱਲਦੇ ਜਾ ਰਹੇ ਹਾਂ, ਨਿੱਤ ਅਸੀਂ ਆਪਣੇ ਕਾਰਜ ਵਿਗਾੜ ਰਹੇ ਹਾਂ, ਪਰ ਗੁਰੂ ਹੈ ਗੁਰਮੁਖੋ ਕਿਰਪਾ ਕਰਕੇ ਆਪਾਂ ਨੂੰ ਹਰ ਰੋਜ਼ ਸਮਝਾ ਰਿਹਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਾ, ਹਮ ਭੂਲ ਵਿਗਾੜਿਆ ਦਿਨ ਸਰਾਤ ਹਰ ਲਾਜ ਰਖਾਏ, ਕਹਿੰਦੇ ਹਮ ਬਾਰਕ ਤੂੰ ਗੁਰ ਪਿਤਾ ਹੈ ਦੇ ਮਤ ਸਮਝਾਏ। ਕਿਉਂਕਿ ਗੁਰੂ ਗੁਰਮੁਖੋ ਪਿਤਾ ਵੀ ਹੈ, ਉਹ ਗੁਰੂ ਵੀ ਹੈ, ਉਹ ਸਾਨੂੰ ਵਾਰ ਵਾਰ ਮਤ ਦੇ ਕੇ ਸਮਝਾ ਰਿਹਾ, ਅਤੇ ਆਪਾਂ ਕੋਸ਼ਿਸ਼ ਕਰਨੀ ਜੋ ਮਤ ਸਾਨੂੰ ਉਹ ਗੁਰਬਾਣੀ ਦੇ ਰਾਹੀਂ ਬਖਸ਼ਿਸ਼ ਕਰ ਰਹੇ ਹਾਂ ਅਸੀਂ ਉਸ 'ਤੇ ਅਮਲ ਕਰਕੇ ਆਪਣੇ ਜੀਵਨ ਨੂੰ ਸਫਲਾ ਕਰੀਏ। ਸੋ ਗੁਰਮੁਖੋ ਇੰਨੀਆਂ ਬੇਨਤੀਆਂ ਦੇ ਨਾਲ ਇੱਕ ਵਾਰ ਫਿਰ ਖਿਮਾ ਦੇ ਜਾਚਕਾਂ ਦਿਓ ਆ ਗਿਆ, ਸਤਿਗੁਰਾਂ ਨੂੰ ਝੁਕਾਓ ਸੀ, ਸਾਰੀ ਸੰਗਤ ਅਸੀਸ ਬਖਸ਼ੋ, ਅਤੇ ਇੱਕੋ ਆਵਾਜ਼ ਦੇ ਵਿੱਚ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।